स्वागत है रोज़ाना टाइम्स देखने वाले स्रोतियां दा। मैं तरनदीप सिंह। पंजाब दे विच आम आदमी पार्टी दी सरकार नू बने नू 9 महीने दा वक्त हो चुके आ और चोणां तों पहलां वादा कीता गया सी कि जिहड़े सरकारी दफ्तर ने चाहे सुविधा केंद्र होण चाहे सरकारी दफ्तर होण वो टाइम नाल खुलणगे और जिन्ने भी दूर दराडियां तों लोक आउणगे उहनां दे कम होणगे, खज्जल खुआर नहीं होना पवेगा। पर एक खबर सामने आ रही आ, तुहानूं दस दईए होशियारपुर तों जिथे दे आरटीआई दफ्तर जिला रीजनल ट्रांसपोर्ट अथॉरिटी की गल करिए उत्थे दफ्तर दे विच जिन्ने भी लोग काम करन आ रहे ने काम करवाउण आ रहे ने तो जिहड़े कर्मचारी वो काम नहीं कर रहे, जां तां कह दित्ता जांदा भी स्ट्राइक चल रही आ जां फिर जिहड़ा दफ्तर च जां जिस महकमे नाल संबंधित कोई काम करवाउण आउंदा वो बंद हुंदा है। की कहना है लोगों का, आओ जानते हैं। हाँ जी, की नाम है जी साडा? मैं हरदेव। हरदेव, हाँ जी, की करना है जी तुसीं अज? मैं नशस्त्र दा। हाँ जी, नशस्त्र दा चलान 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 भुगतना है जी। अच्छा, की कहंदे की आ हुणे? पिछले महीने कहंदे आ दूजे उहदा प्लेस लै जाओ। अच्छा जी, उहनां नूं नंबर दित्ता कहंदे हुण आ जाओ चलाओ, फिर पहले कागज नहीं आए। अच्छा जी, फिर दो भी कागज नहीं आए कहंदे कागज नहीं आए। किन्ने दिन हो गए तुहानूं गेड़े मारदे नूं? एक महीना हो गया। हाँ जी, एक महीना, एक महीना हो गया ना गेड़े मारदे नूं। अज की, अज की कहंदे? तीन महीने हो गए, दो महीने चलाना। अच्छा जी, ते अज की कहंदे इह तुहानूं? अज है ही नहीं कोई। हाँ जी, की नाम है जी तुहाडा? मेरा जी दलजीत सिंह बिल्ला। हाँ जी, की काम आए सी तुसीं अज? मैं सारे इत्थे चलान भुगतण आया सीगा जी। अच्छा जी, सवेर दे असीं जिद्दां आए हां, ठीक है, ठंड दे विच धुंद दे विच अपना काम कार छड्ड के, पर इत्थे खिड़की बंद आ। जदों इत्थे असीं पहुंचे आ, इत्थे पहुंचण ते सानूं पता लगा कि इत्थे स्ट्राइक चलदी। नहीं, स्ट्राइक किस चीज़ दी है? पहलां इन्ना नहीं सर सानूं पता, पहलां कोई सोचा नहीं कीता, कोई कुछ नहीं कीता जी। ठीक है, ते सवेर दे आए नूं किसे ने सानूं कुछ नहीं दस्सिया। कित्थों आए तुसीं? मेरा पिंड बसी दौड़खा जी चक्कर ਬਣ ਕੇ, ਜਾਣੀ ਕਿ ਅਸੀਂ ਕੰਮ ਤੋਂ ਛੁੱਟੀ ਕਰਕੇ ਆਪਣੇ ਕੋਲ ਆਏ। ਠੀਕ ਹੈ ਜੀ, ਚਲਾਨ ਭੁਗਤਣ ਆਏ ਨਾ ਜੀ? ਚਲਾਨ ਭੁਗਤਣ ਆਏ। ਨਾਂ ਮੇਰਾ ਸੁੰਦਰ ਸਿੰਘ ਹੈ। ਕਿੱਥੋਂ ਆਏ ਆ ਜੀ? ਮੈਂ ਪਿੰਡ ਦੇਰਾ ਆਇਆ ਜੀ, ਹਾਜੀਪੁਰ। ਹਾਜੀਪੁਰ ਤੋਂ ਆਏ ਤੁਸੀਂ ਐਡੀ ਦੂਰੋਂ? ਠੀਕ ਹੈ, ਕੀ ਕੰਮ ਕੀ ਤੁਹਾਡਾ? ਕੰਮ ਇਹ ਹੈ ਕਿ ਮੇਰਾ ਲਾਇਸੈਂਸ ਨਹੀਂ ਹੋਇਆ, ਆਇਆ 6 ਮਹੀਨੇ ਹੋ ਗਏ ਆ। ਅੱਛਾ ਜੀ, ਅਤੇ ਜਦੋਂ ਮੈਂ ਉੱਥੇ ਜਾਂਦਾ ਐਪਲੀਕੇਸ਼ਨ ਨੰਬਰ ਲਿਖਵਾ ਲੈਂਦੇ ਆ। ਅੱਛਾ ਜੀ, ਅਤੇ ਕਹਿੰਦੇ ਕੀ ਆ ਉਹਨਾਂ ਨੂੰ? ਕਹਿੰਦੇ ਕੁਛ ਨਹੀਂ, ਮਹੀਨੇ ਬਾਅਦ ਕਹਿ ਦਿੰਦੇ ਕਿ ਬਸ ਆ ਜਾਊਗਾ, ਤੁਸੀਂ ਹੁਣ ਜਾਓ, ਮਹੀਨੇ ਬਾਅਦ ਨਾ ਆਊਗਾ ਫਿਰ ਦੁਬਾਰਾ ਆਇਓ, 6 ਮਹੀਨੇ ਹੋ ਗਏ ਇਸ ਟਾਈਮ ਚੱਕਰ ਲਗਾਉਂਦੇ। 6 ਮਹੀਨੇ ਹੋ ਗਏ ਤੁਹਾਨੂੰ ਫੋਟੋ ਕਰਾਈ? ਹਾਂਜੀ। ਕੰਮ ਕੀ ਕਰਦੇ ਸੀ? ਡਰਾਈਵਰ। ਅਤੇ ਡਰਾਈਵਰ ਤੁਹਾਨੂੰ ਲਾਇਸੈਂਸ ਤੋਂ ਬਿਨਾਂ ਫਿਰ ਤੰਗੀ ਨਹੀਂ ਹੁੰਦੀ? ਨਹੀਂ, ਲਾਇਸੈਂਸ 1.5 ਸਾਲ ਹੋ ਗਿਆ, ਇੱਦਾਂ ਵਿਹਲੇ ਆ ਜੀ। ਗੱਡੀ ਦਿੰਦਾ ਕੋਈ ਬਿਨਾਂ ਲਾਇਸੈਂਸ ਤੋਂ? ਬਿਨਾਂ ਲਾਇਸੈਂਸ ਤੋਂ, ਯਾਨੀ ਕਿ ਤੁਸੀਂ ਹੁਣ ਇਸ ਟਾਈਮ ਵਿਹਲੇ ਹੋ? ਹਾਂਜੀ ਹਾਂਜੀ। ਮੇਰੇ ਨੌਲੇਜ 'ਚ ਨਹੀਂ ਹੈ ਕਿ ਸਟ੍ਰਾਈਕ ਕੀਤੀ ਹੁੰਦੀ, ਤਾਂ ਮੈਂ ਵੀ ਨਹੀਂ ਇੱਥੇ ਹੋਣਾ ਸੀ, ਬਟ ਮੈਂ ਤਾਂ ਬੈਠਾ ਹੋਇਆ। ਪਰ ਜੇਕਰ ਦੇਖਿਆ ਜਾਵੇ ਤੁਹਾਡੇ ਵੱਲੋਂ ਵੀ 11 ਵਜੇ ਤੱਕ ਇੱਥੇ ਕੋਈ ਨਹੀਂ ਸੀਗਾ? ਮੇਰੇ ਵੱਲੋਂ ਮੇਰੇ ਕੋਲ ਦੂਜੇ ਦਫ਼ਤਰ ਦੇ ਚਾਰਜ ਹੈ, ਮੈਂ ਉੱਪਰ ਐਕਸਾਈਜ਼ ਦਫ਼ਤਰ ਦੀ ਇੱਕ ਸੈਲਰੀ ਰਿਲੀਜ਼ ਕਰਕੇ ਆ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉੱਥੇ। ਸਰ ਜਿਹੜੇ ਹੁਣ ਲੋਕ ਖੱਜਲ ਖਵਾਰ ਹੋ ਰਹੇ, ਉਹਨਾਂ ਲਈ ਕੌਣ ਜ਼ਿੰਮੇਵਾਰ ਹੈ? ਮੇਰੇ ਵੱਲੋਂ ਤਾਂ ਐਕਚੁਅਲੀ ਜੋ ਮੇਨ ਕੰਮ ਹੁੰਦਾ ਹੈ ਟੈਕਸ ਦਾ ਹੁੰਦਾ, ਟੈਕਸ ਜਮ੍ਹਾਂ ਹੋਣਾ ਚਾਹੀਦਾ, ਟੈਕਸ ਜਮ੍ਹਾਂ ਹੋ ਰਿਹਾ ਸਾਰੇ ਟੈਕਸ ਜਮ੍ਹਾਂ ਹੋ ਰਿਹਾ, ਕਿਸੇ ਟੈਕਸ ਨਾ ਜਮ੍ਹਾਂ ਹੋ ਰਿਹਾ ਫਿਰ ਤਾਂ ਇਸ਼ੂ ਹੁੰਦਾ ਹੈ ਨਾ। ਮੇਨ ਕੰਮ ਹੁੰਦਾ ਹੈ ਸਰਕਾਰ ਦਾ ਰੈਵਨਿਊ ਆਉਣਾ, ਟੈਕਸ ਜਮ੍ਹਾਂ ਹੋਣਾ, ਸਾਰਿਆਂ ਦੇ ਫੀਸਾਂ ਉਤਰਨੀ, ਸਾਰਿਆਂ ਦੀਆਂ ਫੀਸਾਂ ਉਤਰ ਰਹੀਆਂ ਟਾਈਮਲੀ ਸੁਪਰੀਟ ਪੀਰੀਅਡ ਦੇ ਅੰਦਰ। ਉੱਥੇ ਜਦੋਂ ਜਿਹੜੇ ਲੋਕ ਦੂਰ ਦੁਰਾਡੇ ਕੰਮ ਕਰਨ ਆ ਕੰਮ ਕਰਵਾਉਣ ਆ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇੰਨੇ ਖੱਜਰ ਖੁਆਲ ਹੋ ਰਹੇ ਹਾਂ। ਪਹਿਲੀਆਂ ਸਰਕਾਰਾਂ ਵੇਲੇ ਵੀ ਹੁੰਦੇ ਸੀ, ਹਾਲਾਂਕਿ ਪੰਜਾਬ ਦੀ ਸਰਕਾਰ ਕਹਿ ਰਹੀ ਸੀ ਕਿ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਲੋਕਾਂ ਨੂੰ ਖੱਜਰ ਖੁਆਰ ਨਹੀਂ ਹੋਣਾ ਪਵੇਗਾ। ਪਰ ਚਾਹੇ ਸੁਵਿਧਾ ਕੇਂਦਰ ਦੀ ਗੱਲ ਕੀਤੀ ਜਾਵੇ, ਚਾਹੇ RTO ਦਫ਼ਤਰਾਂ ਦੀ ਗੱਲ ਕੀਤੀ ਜਾਵੇ, ਲਗਾਤਾਰ ਲੋਕ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ। ਪਰ ਉੱਧਰ ਜਿਹੜੇ ਮਹਿਕਮੇ ਦੇ ਅਧਿਕਾਰੀ ਨੇ, ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਪੱਤਰਕਾਰ ਨੇ, ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਤਰਫੋਂ ਕੰਮ ਕਰ ਰਿਹਾ ਹਾਂ, ਮੈਂ ਆਪਣੇ ਤਰਫੋਂ 100% ਕੰਮ ਸਹੀ ਕਰ ਰਿਹਾ। ਪਰ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਖੱਜਲ ਖੁਆਰ ਹੋ ਰਹੇ ਹਾਂ, ਸਾਡੇ ਕੰਮ ਨਹੀਂ ਹੋ ਰਹੇ।